ਇਹ ਬ੍ਰਦਰ ਸਾਡੇ ਨਾਲ ਨਾ ਇਹਨਾਂ ਨੇ 2022 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਸਾਡੇ ਬੱਚਿਆਂ ਨੂੰ ਲਾਰਾ ਲਾ ਕੇ ਏਅਰਪੋਰਟ 'ਤੇ ਭੇਜ ਦਿੱਤਾ ਗਿਆ। ਅੱਛਾ ਜੀ। ਜਦਕਿ ਏਅਰਪੋਰਟ ਦੇ ਅੰਦਰ ਜਦੋਂ ਇਨ ਹੋਏ ਸਾਡੇ ਬੱਚੇ 45% ਸੀ ਟੋਟਲ, ਅਤੇ ਉਦੋਂ ਅੰਦਰੋਂ ਪਤਾ ਲੱਗਾ ਵੀ ਇਹਨਾਂ ਦਾ ਵੀਜ਼ਾ ਵੀ ਨਕਲੀ ਅਤੇ ਆਪਣਾ ਜਿਹੜੀ ਇਹਨਾਂ ਟਿਕਟਾਂ ਦਿੱਤੀਆਂ ਉਹ ਵੀ ਨਕਲੀ ਸੀ ਸਾਰੀਆਂ ਹੀ। ਅੱਛਾ ਜੀ। ਅਤੇ ਟੋਟਲੀ ਫਰੋਡ ਇਹਨਾਂ ਨੇ 60-60 ਲੱਖ ਦਾ, ਸੋਰੀ 60-60 ਹਜ਼ਾਰ ਦਾ ਕੀਤਾ ਸੀ। ਬਲਕਿ ਟੋਟਲ ਕਿੰਨੇ ਜਾਣੇ ਸੀਗੇ? ਟੋਟਲ 45% ਸੀ ਉਸ ਟਾਈਮ ਤੇ ਗਰੁੱਪ ਦੇ ਵਿੱਚ। ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਸੀ ਉਸ ਵੇਲੇ ਜੀ? ਹਾਂਜੀ, ਉਸ ਟਾਈਮ ਤੇ ਅਸੀਂ ਕਮਿਸ਼ਨਰ ਆਫਿਸ ਧਰਨਾ ਲਾ ਕੇ, ਉਸ ਤੋਂ ਬਾਅਦ ADC ਨੂੰ ਉਹਨਾਂ ਨੇ ਮਾਰਕ ਕੀਤਾ ਈਸਟ ਦੇ ਵਿੱਚ, ਉੱਥੇ ਆਣ ਕੇ ਬਾਈ ਨੇਮ ਇਹਨਾਂ ਦੀ ਕੰਪਲੇਂਟ ਹੋਈ ਸੀ। ਅੱਜ ਤੁਸੀਂ ਇਸੇ ਪੁੱਜੇ, ਕੀ ਕਾਰਨ ਕੀ ਹੈ ਇੱਥੇ ਪਹੁੰਚਣ ਦਾ? ਇੱਥੇ ਸਾਨੂੰ ਇਹੀ ਨਾ ਪੇਪਰ ਦੇ ਵਿੱਚ ਵੇਖਿਆ ਸੀ ਵੀ ਮੋਹਨ ਸਿੰਘ ਮੋਹਣੀ ਜਿਹੜਾ ਸਾਡੇ ਨਾਲ ਠੱਗੀ ਮਾਰ ਕੇ ਗਿਆ ਵਾ, ਇਹ ਬੰਦਾ ਅਰੈਸਟ ਹੋਇਆ ਵਾ। ਅਸੀਂ ਉਹ ਨਿਊਜ਼ ਪੜ੍ਹ ਕੇ ਇੱਥੇ ਪਹੁੰਚੇ ਹਾਂ ਵੀ ਫਿਰ ਬੰਦਾ ਆਫਿਸ ਚਲਾ ਰਿਹਾ ਉਸੇ ਏਰੀਏ ਦੇ ਵਿੱਚ ਜਿੱਥੇ 2 ਸਾਲ ਪਹਿਲਾਂ ਇਹਨੇ ਠੱਗੀ ਮਾਰੀ, 6 ਮਹੀਨਿਆਂ ਤੋਂ ਫਿਰ ਆਫਿਸ ਰਨ ਕਰ ਰਿਹਾ ਵਾ। ਮਤਲਬ ਬੰਦੇ ਨੂੰ ਕੋਈ ਡਰ ਨਹੀਂ ਹੈਗਾ, ਕਰੋੜਾਂ ਦੀ ਠੱਗੀ ਮਾਰ ਕੇ ਫਿਰ ਉਹ ਬੰਦਾ ਉਸੇ ਏਰੀਏ ਦੇ ਵਿੱਚ ਹੀ, ਮਤਲਬ ਫਿਰ ਉਹ ਆਪਣਾ ਆਫਿਸ ਚਲਾ ਰਿਹਾ। ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਇਸ ਟਾਈਮ 'ਤੇ? ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਉਹ ਬੰਦਾ ਠੱਗੀ ਮਾਰ ਕੇ ਜਿਹਤੇ FIR ਹੋਈ ਹੈ 45 ਬੰਦਿਆਂ ਦੀ, ਉਹ ਬੰਦਾ ਫਿਰ ਇੱਥੇ ਆਫਿਸ ਰਨ ਕਰਦਾ ਪਿਆ? ਇਹਨਾਂ ਦੇ ਮੈਂ ਸਾਥੀਆਂ ਦਾ ਵੀ ਨਾਮ ਲੈਣਾ ਚਾਹੂੰਗਾ, ਇੱਕ ਸ਼ੁਭਮ ਆ, ਇੱਕ ਮਨਦੀਪ ਕੌਰ ਲੜਕੀ ਆ, ਜਿਹੜਾ ਇਹ ਪੂਰਾ ਗੈਂਗ ਨੂੰ ਚਲਾ ਰਹੇ ਆ। ਅਤੇ ਮੈਨੂੰ ਇਹ ਪਤਾ ਲੱਗਾ ਵੀ ਇਹ ਲਗਾਤਾਰ 10 ਸਾਲ ਤੋਂ ਇੱਦਾਂ ਹੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਕਿਤੇ ਸ਼ਿਮਲਾ, ਕਿਤੇ ਹਿਮਾਚਲ, ਕਿਤੇ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਆਫਿਸ ਖੋਲ੍ਹ ਕੇ ਲਗਾਤਾਰ ਠੱਗੀਆਂ ਮਾਰਦੇ ਆ। ਹੁਣ ਇਹ ਪੁਲਿਸ ਦੀ ਹਿਰਾਸਤ 'ਚ ਨੇ ਕਿ ਤੁਸੀਂ ਪੁਲਿਸ ਨਾਲ ਗੱਲਬਾਤ ਕਰੋਗੇ ਕਿ ਤੁਹਾਡਾ ਜਿਹੜਾ ਮਾਮਲਾ ਹੈ ਉਹ 'ਤੇ ਵੀ ਜਿਹੜੀ ਆਵਾਜ਼ ਚੁੱਕੀ ਜਾ ਸਕੇ ਔਰ ਇਹਨਾਂ ਦਾ ਮਾਮਲਾ ਦਰਜ ਕੀਤਾ ਜਾਵੇ? ਹਾਂਜੀ, ਮੈਨੂੰ ਹੁਣ ਇਹ ਪਤਾ ਲੱਗਾ ਵੀ ਇਸ ਟਾਈਮ 'ਤੇ ਅਰੈਸਟ ਹੋ ਚੁੱਕੇ ਨੇ। ਅਸੀਂ ਪੁਲਿਸ ਅੱਗੇ ਇਹੋ ਹੀ ਰਿਕੁਐਸਟ ਕਰਾਂਗੇ ਕਿ ਇਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ। ਜੋ ਪੀੜਿਤ ਲੋਕ ਨੇ 2 ਸਾਲ ਤੋਂ, ਮਤਲਬ ਵੀ ਬੰਦੇ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਹੀ, ਉਹਨਾਂ ਬੰਦਿਆਂ ਨੂੰ ਨਿਆਂ ਮਿਲ ਸਕੇ। ਤੁਹਾਨੂੰ ਕਿੱਥੇ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਹੈ? ਸਾਨੂੰ ਕੁਵੈਤ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਸੀ, ਅਤੇ ਮੇਰਾ ਭਤੀਜਾ ਵਾ ਜਿਹੜਾ, ਮਤਲਬ ਮੇਨ ਵੀਜ਼ਾ ਉਹਨੇ ਲਿਆ ਸੀ, ਮੈਂ ਉਹਦਾ ਚਾਚਾ ਹੈਗਾ। ਅੱਜ ਆਫਿਸ ਖੁੱਲ੍ਹਾ ਵਾ ਕਿ ਹੁਣ ਕਿ ਬੰਦ ਹੈ ਜੀ? ਨਹੀਂ, ਆਫਿਸ ਬੰਦ ਆ, ਅਸੀਂ ਥੱਲੇ ਕਰਿਆਨੇ ਦੀ ਦੁਕਾਨ ਉਹਨਾਂ ਕੋਲ ਪਤਾ ਕੀਤਾ, ਉਹ ਸਾਨੂੰ ਕਹਿ ਰਹੇ ਵੀ 6 ਮਹੀਨੇ ਆਫਿਸ ਲਗਾਤਾਰ ਚੱਲਦਾ ਪਿਆ ਸੀ, ਇਹ 2-3 ਦਿਨ ਹੋਏ ਬੰਦੇ ਨੂੰ ਅਰੈਸਟ ਕੀਤਾ ਗਿਆ। ਕਿੰਨੇ ਦਿਨ ਤੋਂ ਬੰਦ ਦੱਸਿਆ ਕੁਛ? ਹਾਂ, 2-3 ਦਿਨ ਤੋਂ ਬੰਦ ਦੱਸਿਆ ਵਾ। ਤੁਸੀਂ ਕੀ ਮੰਗ ਕੀ ਕਰਦੇ, ਕੀ ਹੋਣਾ ਕੀ ਚਾਹੀਦਾ? ਹੁਣ ਅਸੀਂ ਇਹ ਮੰਗ ਕਰਦੇ ਹਾਂ ਵੀ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਕਿਸੇ ਵੀ ਪਰਸਨ ਨਾਲ ਇੱਦਾਂ ਦੀ ਠੱਗੀ ਨਾ ਮਾਰ ਸਕੇ। ਕੀ ਨਾਮ ਹੈ ਜੀ ਤੁਹਾਡਾ? ਜੀ, ਮੇਰਾ ਨਾਮ ਲਖਵਿੰਦਰ ਸਿੰਘ ਆ। ਕਿੱਥੋਂ ਦੇ ਰਹਿਣ ਵਾਲਾ ਤੁਸੀਂ? ਪਿੰਡ ਧੂਲਕਾ। ਅੱਜ ਤੁਸੀਂ ਕਿਹੜੀ ਜਗ੍ਹਾ 'ਤੇ ਪਹੁੰਚੇ ਹੋ ਔਰ ਕਿਉਂ ਪਹੁੰਚੇ ਹੋ ਇੱਥੇ ਜੀ? ਅਸੀਂ ਅੱਜ ਇੱਥੇ, ਸਾਨੂੰ ਪਤਾ ਲੱਗਾ, ਅਸੀਂ ਪੇਪਰ ਦੇ 'ਚੋਂ ਨਿਊਜ਼ ਪੜ੍ਹਿਆ ਹੈ ਕਿ ਮੋਹਨ ਸਿੰਘ ਮੋਹਣੀ ਜਿਹੜਾ ਵਾ ਇਹ ਪੁਲਿਸ ਨੇ ਫੜ ਲਿਆ ਵਾ। ਅੱਛਾ ਜੀ। ਅਤੇ ਅਸੀਂ ਉਹ ਨਿਊਜ਼ ਵੇਖ ਕੇ ਫਿਰ ਇੱਥੇ, ਸਾਨੂੰ ਪਤਾ ਲੱਗਾ ਇਹਦਾ ਆਫਿਸ ਆ, ਅਸੀਂ ਇੱਥੇ ਪਹੁੰਚੇ ਹਾਂ। ਤੁਸੀਂ ਆਫਿਸ ਪਹੁੰਚੇ, ਖੁੱਲ੍ਹਾ ਸੀ ਆਫਿਸ ਕਿ ਬੰਦ ਸੀਗਾ ਜੀ? ਨਹੀਂ, ਕੱਲ੍ਹ ਤੋਂ ਬੰਦ ਆ ਸ਼ਾਇਦ, ਪਹਿਲੋਂ ਖੁੱਲ੍ਹਾ 6 ਮਹੀਨੇ ਤੋਂ ਚੱਲਦਾ ਸੀ ਅਤੇ ਕੱਲ੍ਹ ਤੋਂ ਬੰਦ ਆ। ਕਿੰਨੇ ਲੋਕਾਂ ਦੇ ਨਾਲ ਇਸ ਵੱਲੋਂ ਤੁਹਾਡੇ ਨਾਲ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਜੀ? ਸਾਡੇ 45 ਜਣਿਆਂ ਦਾ ਇੱਕ ਗਰੁੱਪ ਸੀ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਆ। ਅਤੇ ਹੁਣ ਇਹ ਹਿਰਾਸਤ 'ਚ ਹੈ, ਕੀ ਕਹਿਣਾ ਚਾਹੋਗੇ, ਮੰਗ ਕੀ ਕਰਨਾ ਚਾਹੋਗੇ? ਅਸੀਂ ਤਾਂ ਉਹ ਆਖਾਂਗੇ ਵੀ ਕੜੀ ਤੋਂ ਕੜੀ ਸਜ਼ਾ ਹੋਵੇ ਇਹਨੂੰ, ਗਾਂ ਜੋ ਕਿ ਹੋਰ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ। ਕੀ ਨੇ ਹੋਰ ਵੀ ਆਫਿਸ ਖੋਲ੍ਹੇ ਹੋਏ ਨੇ, ਕੋਈ ਪਤਾ ਲੱਗਾ? ਹਾਂਜੀ, ਆਫਿਸ ਇਹਨੇ ਬਹੁਤ ਜਗ੍ਹਾ ਦੇ ਉੱਤੇ ਖੋਲ੍ਹੇ ਨੇ, ਕਰੋੜਾਂ ਰੁਪਈਆਂ ਦੀ ਠੱਗੀ ਮਾਰੀ ਹੋਈ ਆ। ਅਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਤਾਂ ਇਹੋ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦੇ ਹਾਂ ਵੀ ਇਹਨੂੰ ਕੜੀ ਤੋਂ ਕੜੀ ਸਜ਼ਾ ਹੋਵੇ, ਜਿਹੜੀ ਕਿ ਇਹਨੇ ਗਰੀਬਾਂ ਦੇ ਨਾਲ, ਸਾਡੇ ਵਰਗਿਆਂ ਦੇ ਨਾਲ ਧੋਖਾਧੜੀ ਕੀਤੀ। ਕੀ ਪੈਸੇ ਵੀ ਤੁਹਾਡੇ ਵਾਪਸ ਮਿਲਣੇ ਚਾਹੀਦੇ ਆ?
ਪੈਸੇ ਜੀ ਦੇਖੋ, ਪੈਸੇ ਤਾਂ ਜਿਹੜੇ ਮਿਲਦੇ ਉਹ ਤਾਂ ਸਾਨੂੰ ਮਿਲਣੇ ਹੀ ਚਾਹੀਦੇ, ਉਹਦੇ ਸਾਡਾ ਹੱਕ ਆ, ਜਿਹੜਾ ਇਹਨੇ ਮਾਰਿਆ ਵਾ, ਖੱਜਲ ਖਰਾਬੀ ਇਹਨੇ ਸਾਡੀ ਵਾਧੂ ਕੀਤੀ ਆ, ਅਤੇ ਬਾਕੀ ਅਸੀਂ ਇਹਨੇ ਵੀ ਇਹਦੇ 'ਤੇ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ। ਪੰਕਜ ਕੁਮਾਰ ਜੀ ਕਿੱਥੋਂ ਦੇ ਰਹਿਣਾ? ਪਠਾਨਕੋਟ ਦੇ ਜੀ। ਅੱਜ ਤੁਸੀਂ ਨਿਊ ਅੰਮ੍ਰਿਤਸਰ ਪਹੁੰਚੇ ਜੇ ਕੀ ਕਾਰਨ? ਜੀ ਅਸੀਂ ਤਾਂ ਅਖਬਾਰ ਦੇਖੀ ਸੀਗੀ ਜੀ, ਅਤੇ ਇਹਨਾਂ ਦੇ ਦਫ਼ਤਰ ਆਏ, ਅਤੇ ਦਫ਼ਤਰ ਆ ਕੇ ਕੀ ਕਹਿੰਦੇ ਆਪਣਾ ਪਤਾ ਲੱਗਿਆ ਜੀ ਅਰੈਸਟ ਹੋ ਗਿਆ ਜੀ। ਇਹ ਕੌਣ ਅਰੈਸਟ ਹੈ? ਮੋਹਨ ਸਿੰਘ ਮੋਣੀ ਜੀ। ਅਤੇ ਕੀ ਕਾਰਨ ਕੀ ਸੀ ਤੁਸੀਂ ਇੱਥੇ? ਸਰ ਆਪਾਂ ਨੇ ਦੇਖਿਆ ਕਿ ਚਲੋ ਇਹਨਾਂ ਦੇ ਦਫ਼ਤਰ ਖੁੱਲ੍ਹਿਆ, ਇਹਦੇ ਕੋਲ ਪੈਸੇ ਲਈਏ ਜਾ ਕੇ ਜੀ, ਅਤੇ ਪਰ ਆ ਕੇ ਦੇਖਿਆ ਜੀ ਅਰੈਸਟ ਹੋ ਗਿਆ। ਸਰ ਆਪਾਂ ਕਵੈਦ ਦੇ ਆਉਂਦੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ, ਅਤੇ ਉਹ ਇਹਨਾਂ ਨੇ ਪੈਸੇ ਸਾਡੇ ਪਹਿਲਾਂ ਮਤਲਬ ਕਿ ਅਸੀਂ ਏਅਰਪੋਰਟ ਤੋਂ ਵਾਪਿਸ ਆਏ ਜੀ, ਅਤੇ ਕਾਫੀ ਬੰਦੇ ਸੀਗੇ ਅਸੀਂ ਜਿਹੜੇ ਏਅਰਪੋਰਟ ਤੋਂ ਵਾਪਿਸ ਆਏ ਸੀ। ਕੀ ਕਾਰਨ ਸੀ ਵਾਪਸ ਆਉਣ ਜੀ? ਉਹਨਾਂ ਨੇ ਨਕਲੀ ਵੀਜ਼ੇ ਦਿੱਤੇ ਸੀ ਜੀ। ਕਿੰਨੇ ਜਾਣੇ ਸੀ ਤੁਸੀਂ? ਅਸੀਂ ਜੀ 40 ਤੋਂ 45 45 ਪੰਜਾਹ ਬੰਦੇ ਸੀ, ਕਾਫੀ ਬੰਦੇ ਸੀ ਜਿਹੜੇ ਵਾਪਿਸ ਆਏ ਸਾਡੇ। ਤੁਸੀਂ ਕਿੰਨੇ ਪੈਸੇ ਦਿੱਤੇ ਜੀ? ਅਸੀਂ ਤਾਂ ਸਰ 60,000 ਰੁਪਏ ਦੇ ਕਰੀਬ ਕਰੀਬ ਪੁੱਜਦੇ ਹਾਂ। ਕੀ ਮੰਗ ਕਰਦੇ ਸਰ? ਅਸੀਂ ਇਹੀ ਡਿਮਾਂਡ ਆ ਜੀ ਆਪਣੇ, ਜਿਹੜੇ ਸਾਡੇ ਪੈਸੇ ਵਾਪਿਸ ਦਿੱਤੇ ਜਾਣ ਸਾਡੇ।